बंदा टोपी लपा के आया चिट्टी एक्टिवा से लाल मास्क का लफावा सी उहदे कोल। जदों मैं नीचे आके वीडियो बना के उहनूं पुछिया वी इह तेरे हथ च की है, लाल मास्क कहदा है, इह गऊं दा मास है। थल्ले पुछिया कहिंदा कहदा मीट है, कहिंदा इह गां दा मीट है। जदों इह गां दा लेता उह एक्टिवा छड्ड के भज गया, तो दोनों ही भज गए। उस दौरान उहने पुलिस नूं फोन किया, प्रशासन उत्थे आया, उहदी एक्टिवा कब्जे लीती ते इक बंदा फड़ लिया, फड़ के थाने लिआंदा। ਆਪਾਂ ਨੂੰ ਕੋਈ ਇਨਫੋਰਮੇਸ਼ਨ ਆਈ ਹੈ ਕਿ ਉੱਥੇ ਨਾ ਬੀਫ ਦੀ ਸਪਲਾਈ ਹੋ ਰਹੀ ਸੀ, ਸੋ ਇੱਕ ਪਾਰ ਨੂੰ ਪੈਕਟ ਮੀਟ ਦਾ ਹੋਇਆ ਰਿਕਵਰ, ਤਾਂ ਉਹਦੇ ਅੱਗੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ। ਜਿਤੇਸ਼ ਨਰੂਲਾ ਸਰ, ਕਿਹੜੀ ਕਰ ਰਹੇ ਨੇ, ਕੀ ਗੱਲਬਾਤ ਹੈ? ਮੈਂ ਰੇੜੀ ਮੱਲੇ ਗਲੀ ਨੰਬਰ 4 ਚ ਰਹਿਣਾ। ਮੈਂ ਆਪਣੇ ਘਰੋਂ ਦੇਖਿਆ ਵੀ ਇੱਕ ਬੰਦਾ ਟੋਪੀ ਲਪਾ ਕੇ ਆਇਆ ਚਿੱਟੀ ਐਕਟਿਵਾ ਤੇ ਲਾਲ ਮਾਸ ਦਾ ਲਫਾਵਾ ਸੀ ਉਹਦੇ ਕੋਲ। ਜਦੋਂ ਮੈਂ ਨੀਚੇ ਆ ਕੇ ਵੀਡੀਓ ਬਣਾ ਕੇ ਉਹਨੂੰ ਪੁੱਛਿਆ ਵੀ ਇਹ ਤੇਰੇ ਹੱਥ ਚ ਕੀ ਹੈ, ਲਾਲ ਮਾਸ ਕਾਹਦਾ ਹੈ, ਇਹ ਗਊਂ ਦਾ ਮਾਸ ਹੈ, ਉਹ ਘਬਰਾਹਟ ਦੇ ਵਿੱਚ ਦੋਨੋਂ ਬੰਦੇ ਭੱਜ ਗਏ। ਇੱਕ ਬੰਦਾ ਫੜਾਣ ਆਇਆ ਸੀਗਾ, ਜਿਹੜਾ ਉਹ ਵੀ ਪਹਿਲੇ ਜਿਹੜਾ ਫੜਨ ਆਇਆ ਸੀ ਉਹ ਭੱਜਿਆ, ਉਸ ਤੋਂ ਬਾਅਦ ਜਿਹੜਾ ਫੜਾਣ ਆਇਆ ਸੀ ਉਹ ਭੱਜ ਗਿਆ। ਫਿਰ ਉਸ ਤੋਂ ਬਾਅਦ ਮੈਂ ਉੱਥੇ ਖੜ ਕੇ ਪੁਲਿਸ ਨੂੰ ਫੋਨ ਕੀਤਾ ਤੇ ਆਪਣਾ ਪੁਲਿਸ ਨੂੰ ਇਤਲਾਹ ਦਿੱਤੀ ਸਾਰੀ ਗੱਲ ਦੀ। SHO ਸਾਹਿਬ ਸਾਰੇ ਮੌਕੇ ਤੇ ਪਹੁੰਚੇ, ਉਸ ਤੋਂ ਬਾਅਦ ਥਾਣੇ ਆਏ। ਤੇ ਕਿੰਨਾ ਕੁ ਜਿਹੜਾ ਮਾਸ ਹੈ ਜੀ? ਸਰ ਲਫਾਫਾ ਸੀਗਾ ਕਾਲੇ ਰੰਗ ਦਾ। ਸਰ ਜੀ ਲਫਾਫਾ 1 ਕਿਲੋ 1.5 ਕਿਲੋ ਦਾ। 1 ਕਿਲੋ 1.5 ਕਿਲੋ ਦਾ। ਤੇ ਸਰ ਕਿਹੜੀ ਕਿਤੋਂ ਲੈ ਕੇ ਆਏ, ਕੁਝ ਪਤਾ ਲੱਗਿਆ? ਸਰ ਕੁਝ ਨਹੀਂ ਪਤਾ ਲੱਗਿਆ ਜੀ। ਲਫਾਫਾ ਕਿਹੜੇ ਰੰਗ ਦਾ ਸੀ? ਬਲੈਕ ਕਲਰ ਦਾ। ਅੱਗੇ ਵੀ ਤੁਸੀਂ ਕਦੇ ਦੇਖਿਆ ਹੈ ਲਾਕੇ? ਸਰ ਅੱਗੇ ਸਾਡੇ ਮੱਲੇ 'ਚ ਰੋਲਾ ਪੈ ਰਿਹਾ ਸੀਗਾ ਵੀ ਕੋਈ ਬੰਦਾ ਆਂਦਾ ਦੇਣ ਵਾਸਤੇ, ਤੇ ਸਰ ਅੱਗੇ ਵੀ ਆਂਦਾ ਜੀ? ਸਰ ਅੱਗੇ ਦੇਖਿਆ ਨਹੀਂ, ਪਰ ਸਾਡੇ ਕਮਲੇ 'ਚ ਗੱਲਾਂ ਹੋ ਰਹੀਆਂ ਸੀਗੀਆਂ। ਇਹ ਹੈਗਾ ਸਰ ਉਸੇ ਏਰੀਆ ਦਾ ਵਾ ਜਾਂ ਕਿਤੇ ਬਾਹਰ ਦਾ? ਸਰ ਐ ਨਹੀਂ ਕੁਝ ਪਤਾ, ਇਹ ਹੁਣ ਪੁਲਿਸ ਜਦੋਂ ਵੈਰੀਫਾਈ ਕਰਨਗੇ ਉਦੋਂ। ਤੁਹਾਨੂੰ ਪ੍ਰਸ਼ਾਸਨ ਤੋਂ ਕੀ ਮੰਗੇ? ਸਰ ਇਹੀ ਹੈ ਵੀ ਇਹੋ ਜਿਹਾ ਕੰਮ ਨਾ ਇੱਥੇ ਹੋਏ ਸਾਡੇ ਮੱਲੇ 'ਚ, ਕਾਰਵਾਈ ਕਰਾਈ ਜਾਏ ਬਸ। ਚਲੋ ਫੜਿਆ ਕੀ ਮਾਮਲਾ ਜੀ ਪੂਰਾ? ਮਾਮਲਾ ਸਾਡੇ ਮੱਲੇ ਦੀ ਗੱਲ ਸੀਗੀ। ਸਾਡਾ ਮੱਲੇ ਮੁੰਡਾ ਪਾਰਸ ਆ, ਉਹ ਕਹਿੰਦਾ ਆਪਣੇ ਕੋਠੇ ਖੜ ਕੇ ਮੈਂ ਦੇਖ ਰਿਹਾ ਸੀ ਜਦੋਂ ਇੱਕ ਦੋ ਆਪਣੇ ਮੁੰਡੇ ਨੂੰ ਆਏ, ਇੱਕ ਨੇ ਜਦੋਂ ਆਇਆ ਐਕਟਿਵਾ ਦੇ ਉਹਨੂੰ ਲਫਾਫਾ ਪਕੜਾਇਆ, ਉਹਨੇ ਕਿਹਾ ਪਤਾ ਨਹੀਂ ਕਾਹਦਾ, ਉਹ ਥੱਲੇ ਆ ਪੁੱਛਿਆ ਕਹਿੰਦਾ ਕਾਹਦਾ ਮੀਟ ਹੈ, ਕਹਿੰਦਾ ਇਹ ਗਾਂ ਦਾ ਮੀਟ ਹੈ। ਜਦੋਂ ਉਹਨੇ ਗਾਂ ਲਾ ਲਿਆ ਉਹ ਐਕਟਿਵਾ ਛੱਡ ਕੇ ਭੱਜ ਗਿਆ, ਤੇ ਦੋਨੇ ਭੱਜ ਗਏ। ਉਸ ਦੌਰਾਨ ਉਹਨੇ ਪੁਲਿਸ ਨੂੰ ਫੋਨ ਕੀਤਾ, ਪ੍ਰਸ਼ਾਸਨ ਉੱਥੇ ਆਇਆ, ਉਹਦੀ ਐਕਟਿਵਾ ਕਬਜ਼ੇ ਲਿੱਤੀ ਤੇ ਇੱਕ ਬੰਦਾ ਫੜ ਲਿਆ, ਫੜ ਕੇ ਥਾਣੇ ਲਿਆਂਦਾ, ਤੇ ਜਿਹੜੀ ਉਹਦੀ ਬੰਦੀ ਕਾਰਵਾਈ ਹੈ ਪ੍ਰਸ਼ਾਸਨ ਦੇ ਨਾਲ ਜੇ ਬਿਆਨ ਲੈ ਕੇ ਉਹਦੀ ਬੰਦੀ ਕਾਰਵਾਈ ਕਰ ਰਿਹਾ। ਕਿਹਦਾ ਮਾਸ? ਇਹ ਗਊ ਦਾ ਮਾਸ ਕਹਿੰਦੇ ਜੀ, ਕਹਿੰਦੇ ਗਊ ਦਾ ਮਾਸ ਹੈ। ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਵੀ ਹੁਣ ਮਹਾਨਗਰ 'ਚ ਗਊ ਦਾ ਮੀਟ ਵੀ ਇੱਦਾਂ ਵਿਕਣ ਲੱਗ ਗਿਆ? ਦੇਖੋ ਇਹ ਬੜੀ ਸ਼ਰਮਨਾਕ ਗੱਲ ਹੈ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ। ਸ਼ਹਿਰ ਦੇ ਵਿੱਚ ਜਿਹੜਾ ਜਿੱਥੇ ਕਈ ਮੰਦਿਰ ਆ, ਉੱਥੇ ਕਈ ਗੁਰਦੁਆਰੇ ਆ, ਕਈ ਹੋਰ ਵੀ ਧਰਮ ਦੇ ਸਥਾਨ ਹੈ, ਸਾਰੇ ਕਈ ਸਥਾਨ ਹੈ, ਉੱਥੇ ਹਰ ਧਰਮ ਦਾ ਲੋਕ ਰਹਿੰਦੇ ਆ। ਮਗਰ ਇੱਦਾਂ ਦੀ ਕਦੀ ਇਹ ਆਪਾਂ ਸੁਣਿਆ ਸੀ, ਪਹਿਲੀ ਵਾਰੀ ਹੋਇਆ ਕਿ ਸਾਡੇ ਮੁਹੱਲਿਆਂ ਗਲੀਆਂ ਦੇ ਵਿੱਚ ਵੀ ਇਹਦੇ ਕੰਮ ਹੋਣ ਲੱਗੇ। ਇਹ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜਾ ਇਹੋ ਜਿਹਾ ਬੰਦਾ ਹਰਕਤਾਂ ਕਰਦਾ ਉਹਦੇ ਕੜੀ ਕੜੀ ਕਾਰਵਾਈ ਕੀਤੀ, ਉਹਨੂੰ ਬਖਸ਼ਣਾ ਨਹੀਂ ਚਾਹੀਦਾ। ਤੁਹਾਨੂੰ ਕਿਵੇਂ ਪਤਾ ਲੱਗਿਆ ਹਿੰਦੂ ਸਮਾਜ ਇਹਦੇ ਲਈ ਕੀ ਕਰ ਰਿਹਾ? ਹਿੰਦੂ ਸਮਾਜ ਦੇਖੋ ਜੀ, ਹਿੰਦੂ ਸਮਾਜ ਕਰ ਰਿਹਾ, ਹਿੰਦੂ ਸਮਾਜ ਖੜਾ ਇਸ ਟਾਈਮ ਇੱਥੇ, ਰਾਤੀ ਟਾਈਮ ਦੇਖੋ ਕਿੰਨਾ, 11:30 ਵਜੇ ਇਸ ਟਾਈਮ ਜਦੋਂ ਦੀ ਵਾਰਤ ਹੋ ਰਹੀ ਹੈ, 8:30 ਦੇ ਕੋਲ ਵਾਰਤ ਥਾਣੇ ਖੜੇ ਆ, ਰਿਪੋਰਟ ਵੀ ਆ ਗਈ ਉਹਨੇ ਮੁੰਡੇ ਨਾਲ ਲਿਖਾਈ ਹੈ, ਅਸੀਂ ਜਦੋਂ ਬੁਲਾਇਆ ਸੀ ਨਾਲ ਬਰਾਬਰ ਖੜੇ ਆ। ਇਹ ਤਾਂ ਕਿਵੇਂ ਲੱਗਿਆ ਪੂਰਾ ਵਾਕਿਆ ਹੋਇਆ ਕੀ ਸੀ? ਜਦੋਂ ਸਾਨੂੰ ਮੁੰਡਾ ਪਾਰਸ ਆ, ਉਹਨੇ ਫੋਨ ਕੀਤਾ ਕਿ ਇੱਦਾਂ ਦਾ ਪ੍ਰਧਾਨ ਜੀ ਆ ਗੱਲ ਹੋ ਗਈ ਹੈ, ਸਾਰੇ ਜਿਹੜੇ ਮੁਹੱਲੇ ਦੇ ਮੋਤਵਾਰ ਬੰਦੇ ਆ, ਜਿਹੜੇ ਮੁਹੱਲੇ ਦੇ ਬੰਦੇ ਸਾਰੇ ਉੱਥੇ ਖੜੇ ਹੋ ਗਏ। ਜਦੋਂ ਦੇਖਿਆ ਕਿ ਇਹਦੇ ਗੱਲ ਨਾਲ ਥਾਣੇ ਆ ਕੇ ਇਤਲਾਹ ਦਿੱਤੀ, ਥਾਣੇ ਇਤਲਾਹ ਦਾ ਕਰਕੇ ਉਹ ਬੰਦਾ ਅਰੈਸਟ ਕਰ ਲਿਆ। ਅਰੈਸਟ ਕਰਕੇ ਜਿਹੜੀ ਬੰਦੀ ਕਰੀ ਸਾਹਿਬ ਸਾਹਿਬ ਕਹਿੰਦੇ ਕਾਰਵਾਈ ਕਰ ਦਿੰਦੇ ਆ। ਤੇ ਪ੍ਰਧਾਨ ਜੀ ਕਿੰਨਾ ਕੁ ਮਾਸ ਹੈ ਜੀ? 2.5 ਕਿਲੋ ਲਫਾਫਾ ਛੱਡ ਕੇ ਭੱਜ ਗਿਆ, ਆਪਣੀ ਐਕਟਿਵਾ ਚੋਂ ਛੱਡ ਕੇ ਭੱਜ ਗਿਆ। ਉਹਦੀ ਐਕਟਿਵਾ ਦਾ ਹਾਲ ਦੇਖੋ, ਖੂਨ ਨਾਲ ਲੱਤ ਬੱਤ ਹੈ, ਇੱਥੋਂ ਕੀ ਸ਼ੱਕ ਜ਼ਾਹਰ ਹੁੰਦਾ? ਜੇ ਉਹ ਸੱਚਾ ਹੁੰਦਾ ਜੋ ਖੜਦਾ, ਉਹ ਆਪਣੀ ਐਕਟਿਵਾ ਛੱਡ ਕੇ ਭੱਜ ਗਿਆ, ਇਟ ਮੀਨ ਉਹ ਗਲਤ ਹੈ। ਪ੍ਰਧਾਨ ਜੀ ਜੇ ਗੱਲ ਕਰੀਏ, ਕਿਹੜੀ ਜਗ੍ਹਾ ਤੋਂ ਲੈ ਕੇ ਆਇਆ ਸੀ, ਕੋਈ ਪਤਾ ਲੱਗਿਆ ਜੀ? ਸਾਨੂੰ ਕੁਛ ਨਹੀਂ ਪਤਾ ਜੀ ਹਲੇ। ਇਹ ਪ੍ਰਸ਼ਾਸਨ ਕਹਿੰਦੇ, SHO ਸਾਹਿਬ ਕਹਿੰਦੇ, ਕਹਿੰਦੇ ਅਸੀਂ ਪਰਚਾ ਰਿਮਾਂਡ ਕਰਕੇ ਪਤਾ ਕਰਾਂਗੇ ਕਿੱਥੋਂ ਕੀ ਲਿਆ। ਕੀ ਮੰਗ ਕੀ ਹੈ ਤੁਹਾਡੀ? ਸਾਡੀ ਮੰਗ ਹੈ ਦੇਖੋ, ਆਪਣੇ ਆਪਾਂ ਸਾਰੇ ਧਰਮ ਇਕੱਠੇ ਆ, ਧਰਮਾਂ ਸਤਿਕਾਰ ਹੈ ਸਾਰੇ ਧਰਮਾਂ ਨੂੰ, ਮਗਰ ਇਹੋ ਜਿਹੀ ਜਿਹੜੀ ਹਰਕਤਾਂ ਮੁਹੱਲਿਆਂ ਗਲੀ ਨਹੀਂ ਹੋਣੀ ਚਾਹੀਦੀ। ਦੇਖੋ ਇਹਨਾਂ ਦੇ ਆਪਣੇ, ਇਹਨਾਂ ਦਾ ਆਪਣਾ ਜਿਹੜਾ ਸਿਸਟਮ ਹੈ, ਜਿੱਥੇ ਮਰਜ਼ੀ ਜੋ ਮਰਜ਼ੀ ਕਰ ਸਕਦੇ ਆਪਣੇ ਸ਼੍ਰੀਨਗਰ ਕਰਨ, ਕਸ਼ਮੀਰ 'ਚ ਕਰਨ, ਮਗਰ ਜਿਹੜਾ ਪੰਜਾਬ ਦੇ ਪੰਜਾਬ ਪੀਰ ਫਕੀਰ ਦੀ ਧਰਤੀ ਹੈ, ਜੇ ਇੱਥੇ ਅਜੇ ਕੰਮ ਹੋਣ ਲੱਗਾ ਸਾਡੇ ਤਾਂ ਫਿਰ ਮਰਨ ਲੱਗਾ। ਮੈਂ ਅਸੀਂ ਇਹ ਬਿਲਕੁਲ ਪ੍ਰਧਾਨ ਨਹੀਂ ਕਰਨਾ। ਗੱਲ ਕਰੀਏ ਗਊ ਨੂੰ ਜਿਹੜਾ ਮਾਂ ਦਾ ਦਰਜਾ ਦਿੱਤਾ ਗਿਆ ਇੱਥੇ ਪੰਜਾਬ ਦੇ ਵਿੱਚ, ਗਊ ਮਾਂ ਦਾ ਦਰਜਾ, ਗਊ ਨੂੰ ਲੋਕੀ ਆਪਾਂ ਪੂਜਾ, ਆਪਾਂ ਹਿੰਦੂ ਧਰਮ ਪੂਜਾ ਕਰਦੇ ਹਾਂ, ਆਪਾਂ ਉਹਨਾਂ ਦੀ ਸੇਵਾ ਕਰਦੇ ਹਾਂ, ਆ ਗਊ ਸ਼ਾਲੇ ਆ ਕੇ ਕੋਈ ਪੱਠੇ ਬਾਰਿਆ ਕੋਈ ਕਰਿਆ ਕੁਛ ਕਰ, ਜੇ ਗਊ ਮਾਤਾ ਸਾਡੀ ਮਾਂ ਹੈ, ਅਸੀਂ ਇਹ ਬਿਲਕੁਲ ਬਰਦਾਸ਼ਤ ਹੀ ਕਰਾਂਗੇ। ਸਾਰੇ ਹਿੰਦੂ ਸੰਗਠਨ ਹਾਲਤ ਅਸੀਂ ਆਪ ਕਰੇ ਹਾਂ, ਜਿਹਦੇ 'ਤੇ ਸਾਨੂੰ ਪਤਾ ਲੱਗਿਆ ਇਹ ਤਾਂ ਕਿਸੇ ਨੂੰ ਸੁਨੇਹਾ ਨਹੀਂ ਦਿੱਤਾ, ਜੇ ਸਾਰੇ ਸੁਨੇਹਾ ਤਾਂ ਇੱਥੇ ਮੇਲਾ ਲੱਗ ਜਾਣਾ ਸੀ। ਮਗਰ ਅਸੀਂ ਪ੍ਰਸ਼ਾਸਨ ਨੇ ਸਾਨੂੰ ਪੂਰਾ ਕੌਨਫੀਡੈਂਸ ਦਿੱਤਾ ਕਿ ਤੁਸੀਂ ਬੇਚਿੰਤ ਰਹੋ, ਜਿਹੜੀ ਬੰਦੀ ਕਾਰੀ ਠੋਕ ਕੇ ਇਹਨਾਂ ਦੇ ਕਰਾਂਗੇ, ਜਿਹੜਾ ਬੰਦਾ ਫੜ ਕੇ ਉਹਨਾਂ ਉਸ ਵੀ ਅੰਦਰ ਕਰਾਂਗੇ।
ਜੀ ਸਰ ਸਰ ਕੀ ਕਹਿਣਾ ਚਾਹੁੰਗੇ ਜਿਹੜਾ ਫੜਿਆ ਜੀ ਸਰ ਇਹ ਗਊ ਮਾਸ ਜਿਹੜਾ ਅੱਜ ਪਕੜਿਆ ਗਿਆ ਵਾ ਸਰ ਇਹ ਕੀ ਮਾਮਲਾ ਹਜੇ ਜੀ ਐਕਚੁਅਲੀ ਇੱਕ ਆਪਾਂ ਨੂੰ ਕੋਲ ਇਨਫੋਰਮੇਸ਼ਨ ਆਈ ਹੈ ਕਿ ਉੱਥੇ ਨਾ ਬੀਫ ਦੀ ਸਪਲਾਈ ਹੋ ਰਹੀ ਸੀ ਸੋ ਇੱਕ ਪਾਕ ਨੂੰ ਪੈਕਟ ਮੀਟ ਦਾ ਹੋਇਆ ਰਿਕਵਰ ਤਾਂ ਉਹਦੇ ਅੱਗੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਰ ਕਿੰਨੇ ਬੰਦੇ ਪਕੜੇ ਆ ਨਹੀਂ ਹਜੇ ਫਿਲਹਾਲ ਜੀ ਦੋ ਬੰਦਿਆਂ ਦੀ ਇਨਫੋਰਮੇਸ਼ਨ ਹੈਗੀ ਆ ਤੇ ਹਜੇ ਕਾਰਵਾਈ ਚੱਲ ਰਹੀ ਹੈ ਜਦੋਂ ਅਰੈਸਟ ਹੋਣਗੇ ਤਾਂ ਤੁਹਾਨੂੰ ਅਸੀਂ ਨੋਟਿਸ ਲਿਆ ਦਾਂਗੇ ਤੇ ਸਰ ਕਿੱਥੋਂ ਲੈ ਕੇ ਕਿੱਥੇ ਲੈ ਕੇ ਜਾ ਰਹੇ ਸੀ ਇਹ ਹਜੇ ਬ੍ਰਦਰ ਕਨਫਰਮ ਨਹੀਂ ਹੋਇਆ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸ ਦਾਂਗੇ ਥੈਂਕ ਯੂ ਸਰ ਥੈਂਕ ਯੂ